ਤੁਹਾਡੇ ਸਾਹਮਣੇ ਤਸਵੀਰ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦੀ, ਜਿਸਦਾ ਉਸਦੇ ਦੋਸਤਾਂ ਵੱਲੋਂ ਹੀ ਤੇਜ਼ ਧਾਰ ਤਲਵਾਰਾਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ। ਜੀ ਹਾਂ, ਅੰਮ੍ਰਿਤਸਰ ਸਬਜ਼ੀ ਮੰਡੀ ਦੇ ਨੇੜੇ ਇਹ ਨੌਜਵਾਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ, ਜਿੱਥੇ ਉਸਦੇ ਦੋਸਤਾਂ ਵੱਲੋਂ ਹਮਲਾ ਕੀਤਾ ਗਿਆ। ਤੁਸੀਂ ਤਸਵੀਰਾਂ 'ਚ ਹਮਲੇ ਵਾਲੀ ਥਾਂ 'ਤੇ ਡੁੱਲਿਆ ਖੂਨ ਵੀ ਦੇਖ ਸਕਦੇ ਹੋ, ਜਿੱਥੇ ਆਪਣੇ ਦੋਸਤ ਨਾਲ ਗੁਰੂ ਘਰ ਗਿਆ ਇਹ ਨੌਜਵਾਨ ਗੁਰਪ੍ਰੀਤ ਵਾਪਸ ਤਾਂ ਮੁੜਿਆ ਤਾਂ ਉਸਨੂੰ ਲੱਭਣ ਗਏ ਭਰਾ ਨੂੰ ਪਤਾ ਲੱਗਿਆ ਕਿ ਉਸਦਾ ਤਲਵਾਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿੱਥੇ ਉਸਨੇ ਹਸਪਤਾਲ 'ਚ ਦਮ ਤੋੜਿਆ ਅਤੇ ਉਸਦਾ ਦੋਸਤ ਮੌਕੇ ਤੋਂ ਫਰਾਰ ਸੀ। ਬ੍ਰਦਰ ਹੁਣ ਸ਼ਹੀਦਾਂ ਸਾਹਿਬ ਚੱਲਾ ਸੀ, ਮੈਨੂੰ ਘਰੋਂ ਕਹਿ ਕੇ ਗਿਆ ਵਾ ਕਿ ਮੈਂ ਸ਼ਹੀਦਾਂ ਸਾਹਿਬ ਚੱਲਾਂ ਵਾਂ, ਠੀਕ ਹੈ ਜੀ, ਅਤੇ ਉਹ ਹੁਣ ਇੱਥੋਂ ਤੱਕ ਪਹੁੰਚਿਆ ਹੀ ਆ ਅਤੇ ਮੈਂ ਘਰ ਬੈਠਾ ਮੈਂ ਇਸ਼ਨਾਨ ਕਰਕੇ ਕਿਹੜੀ ਜਗ੍ਹਾ 'ਤੇ ਪਹੁੰਚਿਆ ਅਤੇ ਕੀ ਨਾਮ ਤੁਹਾਡੇ ਭਰਾ ਦਾ? ਭਾਈ, ਮੇਰੇ ਭਰਾ ਦਾ ਨਾਂ ਗੁਰਪ੍ਰੀਤ ਸਿੰਘ ਆ, ਉਹਨੂੰ ਗੁੱਡੂ ਕਹਿੰਦੇ ਆ, ਅਤੇ ਉਹ ਭਾਈ ਜੀ ਹੁਣ ਸ਼ਹੀਦਾਂ ਸਾਹਿਬ ਜਾਂਦਾ ਪਿਆ ਸੀ ਕਿ ਹਾਲੀ ਪਰਾ ਨਹੀਂ, ਹੁਣ ਵੀਰ ਹੀ ਮੈਨੂੰ ਇੱਥੇ ਜਾਣਦੇ ਆ, ਉਹ ਦੋ ਵੀਰ ਆਏ, ਉਹਨਾਂ ਨੇ ਕਿਹਾ ਕਿ ਮਣੀਵੀਰ ਤੇਰੇ ਭਰਾ ਦੇ ਇੱਦਾਂ ਨਾ ਛੁਰੀਆਂ ਵੱਜ ਗਈਆਂ ਵਾ, ਅਤੇ ਉਹਨੂੰ ਕੋਈ ਮੁੰਡੇ ਇੱਦਾਂ ਛੁਰੀਆਂ ਮਾਰ ਗਿਆ ਅਤੇ ਨਜਾਇਜ਼ ਹੀ, ਅਤੇ ਉਹ ਨਾ ਇਸ ਟਾਈਮ ਗ੍ਰਾਮ ਦਾ ਹੋਸਪਿਟਲ ਆ। ਕਿੰਨੇ ਮੁੰਡੇ ਸੀ ਉਹ? ਭਾਈ ਦੋ ਤਿੰਨ ਹੈਗੇ ਸੀ। ਭਾਈ, ਵੀਰ ਮੇਰੇ ਦਾ ਐਕਸੀਡੈਂਟ ਹੋਇਆ ਸੀ ਅਤੇ ਉਹਦੇ ਵਾਹਵਾ ਸੱਟਾਂ ਪਹਿਲਾਂ ਲੱਗੀਆਂ ਹੀ ਅਸੀਂ, ਉਹ ਤਾਂ ਚਲੋ ਸ਼ਹੀਦਾਂ ਸਾਹਿਬ ਕਹਿੰਦਾ ਮੈਂ ਦਰਸ਼ਨ ਕਰ ਗਿਆ, ਮੈਂ ਉਹਨੂੰ ਕਿਹਾ ਵੀ ਮੈਂ ਚੱਲ ਠੀਕ ਨਹੀਂ ਹੈਗਾ, ਕਹਿੰਦਾ ਨਹੀਂ ਮੈਂ ਦਰਸ਼ਨ ਕਰਨ ਜਾਣਾ, ਮੈਂ ਚੱਲ ਕਰ ਰਿਹਾ। ਦੁਸ਼ਮਣੀ ਸੀ ਕਿਸੇ ਨਾਲ? ਭਾਈ, ਕੋਈ ਦੁਸ਼ਮਣੀ ਨਹੀਂ। ਅੱਛਾ, ਇਹ ਭਾਈ ਭੈਣ ਘਰੋਂ, ਭਾਈ ਇਹਨੇ ਘਰੋਂ ਵਿਗਾੜ ਹੈਗੇ, ਚੋਰ ਹੈਗੇ ਆ ਭਾਈ, ਭਾਈ ਇਹ ਹੈਗਾ ਮੁੰਡਾ ਭਾਈ ਸਰਦਾਰ ਸੁੱਖਾ, ਇਹਨੂੰ ਸੁੱਖਾ ਕਹਿੰਦੇ ਆ ਭਾਈ, ਇਹਨੂੰ ਭਾਈ ਇੱਥੋਂ ਦਾ ਰਹਿਣ ਵਾਲਾ ਵਾ, ਕਿਹੜੀ ਜਗ੍ਹਾ? ਭਾਈ ਇੱਕ ਇੱਕ ਟਿਕਾਣਾ ਨਹੀਂ ਹੈਗਾ, ਨਾ ਕਿਰਾਏ ਤੇ ਰਹਿੰਦੇ ਆ। ਕਿਹੜੀ ਜਗ੍ਹਾ ਭਾਈ? ਹੁਣ ਤੇ ਆਹ ਗਲੀ 'ਚ ਰਹਿੰਦੇ ਜੇ, ਮੰਡੀ ਆ, ਮੰਡੀ ਭਾਈ, ਮੰਡੀ ਮਸਾਣਾ ਲਾਗੇ ਸਾਹਮਣੇ, ਮਸਾਣਾ ਦੇ ਲਾਗੇ ਸਾਹਮਣੇ ਭਾਈ ਮੰਡੀ ਆ। ਕਾਰਵਾਈ ਹੋਣੀ ਚਾਹੀਦੀ ਆ ਭਾਈ, ਕਾਰਵਾਈ ਭਾਈ ਪੂਰੀ ਹੋਣੀ ਚਾਹੀਦੀ ਆ। ਕੀ ਤੁਸੀਂ ਮੰਗ ਕੀ ਕਰਦੇ ਸਰਕਾਰ ਕੋਲ? ਭਾਈ, ਮੈਂ ਜਿੱਦਾਂ ਇਹਨੇ ਮੇਰੇ ਭਾਈ ਮੇਰੇ ਭਰਾ ਨੂੰ ਹੁਣ ਕੀਤਾ ਨਾ, ਮੈਂ ਭਾਈ ਇਹਨੂੰ ਵੀ ਲੰਮਾ ਪਿਆ ਚਾਹੁੰਦਾ ਇਹ ਤਿੰਨਾਂ ਨੂੰ। ਤੇ ਦੂਜੇ ਪਾਸੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਮ੍ਰਿਤਕ ਦੀ ਉਸਦੇ ਦੋਸਤ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਦੇ ਚੱਲਦੇ ਇਹ ਕਤਲ ਹੋਇਆ। ਬਾਕੀ ਪੂਰਾ ਮਾਮਲਾ ਫਰਾਰ ਹੋਏ ਦੋਸਤ ਦੇ ਫੜੇ ਜਾਣ ਦੇ ਬਾਅਦ ਹੀ ਸਾਫ਼ ਹੋਵੇਗਾ। ਅੱਜ ਇਨਫੋਰਮੇਸ਼ਨ ਮਿਲੀ ਐਸ ਐਚ ਓ ਸਾਹਿਬ ਨੂੰ, ਪਤਾ ਲੱਗਿਆ ਕਿ ਇੱਦਾਂ ਕਰਕੇ ਜਿਹੜਾ ਨੌਜਵਾਨ ਹੈਗਾ ਉਹਦੀ ਰਾਮਦਾਸ ਹਸਪਤਾਲ ਦੇ ਵਿੱਚ ਡੈਥ ਹੋ ਗਈ ਹੈ। ਤਾਂ ਮੌਕੇ 'ਤੇ ਜਾ ਕੇ ਪਤਾ ਲੱਗਿਆ ਕਿ ਕਿਸੇ ਨੇ ਉਹਦੇ ਛੁਰੀ ਨੁਮਾ ਚੀਜ਼ਾਂ ਨਾਲ, ਜਿਹੜੀ ਚੀਜ਼ ਨਾਲ ਵਾਰ ਕੀਤਾ ਅਤੇ ਉਹਦੇ ਨਾਲ ਉਹਦੀ ਡੈਥ ਹੋ ਗਈ ਹੈ। ਮੌਕੇ 'ਤੇ ਪੁੱਜੇ ਤਾਂ ਪਤਾ ਲੱਗਿਆ ਕਿ ਦੋਨੋਂ ਦੋਸਤ ਹੀ ਸੀ ਪੁਰਾਣੇ, ਆਪਸ 'ਚ ਕੋਈ ਗੱਲ ਹੋਈ ਹੈ ਜਿਹਦੇ ਕਰਕੇ ਇਹਨਾਂ ਦੀ ਲੜਾਈ ਹੋਈ ਹੈ ਅਤੇ ਇਹ ਗੱਲ ਹੋਈ ਹੈ। ਬਾਕੀ ਗੱਲਾਂ ਅਸੀਂ ਹਲੇ ਬਹੁਤ ਪ੍ਰਾਈਮਾ ਫੇਸੀ 'ਤੇ ਆਈ ਗੱਲਾਂ ਆਪਾਂ ਪਤਾ ਲੱਗ ਚੁੱਕੀਆਂ, ਅਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਲ ਨੂੰ ਅਤੇ ਪੂਰੀ ਗੱਲ ਪਤਾ ਕਰਕੇ ਦੋਸਤ ਨੇ ਹੀ ਦੋਸਤ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ, ਉਹ ਵੀ ਰੰਜਿਸ਼ ਦੇ ਪਿੱਛੇ। ਹੁਣ ਅਜਿਹੇ ਮਾਮਲੇ ਦੇਖ ਕੇ ਸੁਣ ਕੇ ਮਨ 'ਚ ਆਉਂਦਾ ਹੈ ਕਿ ਅੱਜ ਦੇ ਦੌਰ 'ਚ ਬੰਦਾ ਵਿਸ਼ਵਾਸ ਕਰੇ ਵੀ ਤਾਂ ਕਿਸ 'ਤੇ ਕਰੇ। ਵੇਖਣ ਵਾਲੀ ਗੱਲ ਹੈ ਕਿ ਪੁਲਿਸ ਇਸ ਕਤਲ ਦੇ ਮਾਮਲੇ ਨੂੰ ਕਿੰਨੀ ਜਲਦੀ ਸੁਲਝਾਉਂਦੀ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9,563,9,563।